48 ਕਿਲੋ ਹੈਰੋਇਨ ਫੜੀ ਸੀ ਨਾਲ ਤਿੰਨ ਬੰਦੇ ਫੜੇ ਸੀ ਉਹਦਾ ਹੀ ਦੋ ਹਫ਼ਤੇ ਤੋਂ ਫੋਲੋਅਪ ਚੱਲ ਰਿਹਾ ਸੀਗਾ ਬੈਕਵਰਡ ਫੋਰਵਰਡ ਚੱਲ ਰਿਹਾ ਸੀ ਅਤੇ ਸਟੇਕ ਹੋਲਡਰਸ ਜਿਹੜੇ ਹੈ ਉਹ ਨਿਕਲ ਕੇ ਸਾਹਮਣੇ ਆ ਰਹੇ ਅਲੱਗ ਅਲੱਗ ਗਰੁੱਪਸ ਨੇ ਕੁਛ ਆਪਾਂ ਡਰਾਈਵਰ ਫੜੇ ਚਾਰ ਦੇ ਕਰੀਬ ਅਤੇ ਇਹਨਾਂ ਦਾ ਇੱਕ ਟਰੱਕ ਅਤੇ ਇੱਕ ਨੋਵਾ ਇਹ ਜੇ ਐਂਡ ਕਿਊ ਤੋਂ ਹੈਰੋਇਨ ਦੀ ਖੇਪ ਲੈ ਕੇ ਆਉਂਦੇ ਸੀਗੇ ਅਤੇ ਇਹਨਾਂ ਵਿੱਚੋਂ ਇੱਕ ਸੋਨੂੰ ਪੰਡਿਤ ਹੈ ਦਲਜੀਤ ਛੋਟੂ ਅਤੇ ਜਿਹੜੀ ਤੁਹਾਡੇ ਪਰਸਨ ਬੇਸਿਕ ਚੀਜ਼ ਦੱਸਣਾ ਜਿਹੜਾ ਟਰੱਕ ਸੀਗਾ ਉਹ ਪਿਛਲੇ ਡੇਢ ਸਾਲ ਤੋਂ ਚਾਰ ਵਾਰ ਤਿੰਨ ਵਾਰ ਜੇ ਐਂਡ ਕੇ ਤੋਂ ਖੇਪ ਲੈ ਕੇ ਆਇਆ ਸੀਗਾ ਇਨੋਵਾ ਜਿਹੜੀ ਸੀਗੀ ਉਹ ਚਾਰ ਵਾਰ ਦੇ ਕੇ ਆਈ ਸੀਗੀ ਇਨੋਵਾ ਵੀ ਫੜੀ ਗਈ ਹੈ ਟਰੱਕ ਵੀ ਫੜਾ ਗਿਆ ਫੜਿਆ ਗਿਆ ਇਨੋਵਾ ਦੀ ਜਿਹੜੀ ਲਾਸਟ ਖੇਪ ਸੀਗੀ ਵੱਡੀ ਖੇਪ ਸੀ ਉਹ ਰਾਮਮਨ ਪੁਲਿਸ ਨੇ ਫੜ ਲਈ ਸੀ ਰਾਮਮਨ ਇਹ ਤਾਂ ਸੀਗੇ ਡਰਾਈਵਰ ਇਹਨਾਂ ਦਾ ਹੈਂਡਲਰ ਜਿਹੜਾ ਹੈ ਉਹ ਵਿਨੋਦ ਲੱਕੀ ਹੈ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਫੋਰਨ ਬੈਠਾ ਹੈ ਇਸ ਕੰਟਰੀ 'ਚ ਬੈਠਾ ਜੀ ਹਾਲੇ ਤੱਕ ਬਿਲਕੁਲ ਕਲੀਅਰ ਨਹੀਂ ਹੋਇਆ ਇਹ ਇਹਨਾਂ ਦਾ ਹੈਂਡਲਰ ਹੈ ਨਾਲ ਹੀ ਦੋ ਹੋਰ ਵਿਅਕਤੀ ਫੜੇ ਗਏ ਨੇ ਜਿਹੜੇ ਡਾਇਰੈਕਟ ਇਨਟੱਚ ਸੀਗੇ ਵਿਨੋਦ ਲੱਕੀ ਦੇ ਵਿਨੋਦ ਉਸ ਲੱਕੀ ਦੇ ਇਹ ਮੰਜੇ ਦੇ ਰਹਿਣ ਵਾਲੇ ਤਰਨ ਤਾਰਨ ਸਾਹਿਬ ਦੇ ਇੱਕ ਮਨਜੀਤ ਹੈ ਨਵਕੀਤ ਹੈ ਇਹਨਾਂ ਨੂੰ ਪਹਿਲਾਂ ਹੀ ਕੋਈ ਡੇਢ ਦੋ ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਮੁੰਬਈ ATS ਨੇ ਫੜਿਆ ਸੀ ਬਦਤਰ ਜਦੋਂ ਹੀਰੋਇਨ ਜਿਹੜੀ ਮੁੰਬਈ ਕੋਰਟ 'ਤੇ ਉਤਰੀ ਸੀਗੀ ਉਹਦੇ 'ਚ ਹੀਰੇ ਫੜੇ ਗਏ ਸੀਗੇ ਉਹਨੇ ਦਿਲ 'ਤੇ ਬਣਾ ਸੀ ਦੇ ਵਰ ਇਟ ਡਾਇਰੈਕਟ ਇਨ ਟੱਚ ਵਿਦ ਵਿਨੋਦ ਸਾਖੀ ਨਾਲ ਹੀ ਹਵਾਲਾ ਓਪਰੇਟਰਸ ਤਿੰਨ ਆਈਡੈਂਟੀਫਾਈ ਹੋਏ ਕੁਛ ਤਾਂ ਨੋਮੀਨੇਟ ਕੀਤੇ ਇੱਕ ਫੜਿਆ ਗਿਆ ਜਿਹੜਾ ਫੜਿਆ ਗਿਆ ਹੈ ਉਹ ਕੱਪੜੇ ਦਾ ਕੰਮ ਕਰਦਾ ਰੋਹੀ ਸਿੰਘ ਨਾਲ ਦਾ ਅੰਮ੍ਰਿਤਸਰ ਦੂਜੇ ਲੁਧਿਆਣੇ ਦੇ ਦਿਨੇਸ਼ ਦੇ ਵਿਵੇਕ ਹੈ ਫੜੇ ਨਹੀਂ ਹੈਗੇ ਨੋਮੀਨੇਟਡ ਤੀਜਾ ਇੱਕ ਰਿਟਾਇਰਡ ਡਿਸਮਿਸਡ BSF ਇੰਪਲੋਈ ਜਿਹੜਾ ਜੰਮੂ ਦਾ ਰਹਿਣ ਵਾਲਾ ਉਹ ਵੀ ਆਪਾਂ ਨੋਮੀਨੇਟ ਕੀਤਾ ਇਹਦਾ ਨਾਮ ਚੌਧਰੀ ਕਰਕੇ ਚੌਧਰੀ ਜਿਹੜਾ ਹੈ ਉਹ ਡਾਇਰੈਕਟ ਇਨ ਟੱਚ ਵਿੱਚ ਹੈ ਸਨੀ ਦਿਆਲ ਦੇ ਸਨੀ ਦਿਆਲ ਨੋਨ ਸਮਗਲਰ ਹੈ ਜਿਹੜਾ ਫੋਰਨ ਬੈਠਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਟੋਟਲ ਮਿਲਾ ਕੇ ਚਾਰ ਬੰਦੇ ਆਪਾਂ ਪਹਿਲਾਂ ਫੜੇ ਸੀ ਤਿੰਨ ਬੰਦੇ ਅਤੇ ਹੁਣ ਆਪਾਂ ਅੱਠ ਬੰਦੇ ਫੜੇ 21 ਕਿਲੋ ਜਿਹੜਾ 21 lakhs ਆਫ ਡਰੱਗ ਮਨੀ ਵਾਸ ਰਿਕਵਰਡ ਹੁਣ ਆਪਾਂ ਇਨ ਸਾਰਿਆਂ ਤੋਂ ਕੁਛ ਕੁਛ 84 lakhs ਆਫ ਡਰੱਗ ਮਨੀ ਹੈਵ ਬੀਨ ਰਿਕਵਰਡ ਨਹੀਂ ਐਕਸਕਲੂਡਿੰਗ ਟੋਟਲ ਮਿਲਾ ਕੇ 1.5 crore ਦੀ ਡਰੱਗ ਮਨੀ ਨੂੰ ਸੀਜ਼ ਕਰ ਲਈ ਗਈ ਗੋਲਡ ਔਰਨਮੈਂਟਸ ਨੇ ਉਹ ਵੀ ਸੀਜ਼ ਕਰ ਲਈ ਗਹਿਣੇ ਪਿਛਲੀ ਵਾਰ ਜਿਹੜਾ ਸਰਨਾਮ ਫੜਿਆ ਸੀ ਉਹਦਾ ਬੇਟਾ ਜਿਹੜਾ ਹੈ ਜਿਹੜੇ ਮਲਕੀਤ ਤੇ ਮਨਜੀਤ ਫੜੇ ਆਪਾਂ ਜਿਹੜੇ ਮੁੰਬਈ ATS ਨੇ ਫੜੇ ਸੀਗੇ ਕੁਛ ਸਾਲ ਪਹਿਲਾਂ 72 kilo ਇਹ ਜਿਹੜਾ ਹਿਰਨ ਸੀ ਮੁੰਬਈ ਪੋਰਟ ਤੇ ਆਏ ਸੀ
ਐਂਡ ਟਰਾਂਸਪੋਰਟੇਸ਼ਨ ਇਜ਼ ਜਿਪਸਮ ਦੇ ਅੰਦਰ ਜਿਪਸਮ ਦੀ ਬੋਰੀ ਮਿਲ ਜਾਂਦਾ ਅੰਦਰ ਗ੍ਰਿਫਤਾਰੀ ਹੋ ਗਈ ਪਾਕਿਸਤਾਨ ਲਿਖੇ ਚੱਲ ਕੋਈ ਇੱਧਰ ਵੀ ਉਹਨਾਂ ਦਾ ਮਾਰਕਿੰਗ ਹੈਗੀ ਜਿਹੜੇ ਪੇਪਰ ਫੋਰ ਪੇਪਰ ਲਾਈਕ ਨਾ ਕੋਈ ਹੀਰੋ ਦਾ ਫੋਰ ਫੜ ਫੜੀ ਨਾ ਸਟੈਂਪਿੰਗ ਹੋਣਾ ਉਹਨਾਂ ਦਾ ਆਪਣਾ ਸਟੈਂਪਿੰਗ ਤੋਂ ਵੀ ਚੱਲ ਹੋ ਗਿਆ ਸੀ ਦੂਸਰਾ ਹੈ